ਸੋ ਇਹ ਜੋ ਵੀ ਤੁਸੀਂ ਸੁਣਿਆ ਇਹ ਸਾਰਾ ਪਾਕਿਸਤਾਨ ਸਾਈਡ ਤੋਂ ਆਈ ਹੋਈ ਲੇਡੀਜ਼ ਜੋ ਸੀ ਉਹ ਭਾਬੀ ਜੀ ਨੂੰ ਦੱਸ ਰਹੀਆਂ ਸਨ ਕਿ ਪਾਕਿਸਤਾਨ ਸਾਈਡ ਤੋਂ ਆਉਣ ਵਾਲੀ ਜੋ ਫੀਮੇਲਸ ਹਨ ਮਹਿਲਾਵਾਂ ਹਨ ਉਹਨਾਂ ਨੂੰ ਕਿਸੇ ਨੂੰ ਵੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਹੈ। ਇਹ ਥੱਲੇ ਮਜਾਰ ਸਾਹਿਬ ਹੈ ਜਿੱਥੇ ਹੁਣੇ ਭਾਬੀ ਜੀ ਮੱਥਾ ਟੇਕ ਰਹੇ ਆ। ਇੱਥੋਂ ਤੱਕ ਤਾਂ ਸ਼ਾਇਦ ਟੇਕ ਸਕਦੇ ਆ ਸਾਰੇ ਮੱਥਾ, ਪਰ ਇਹ ਜੋ ਸਮਾਧ ਸਾਹਿਬ ਹੈ ਜਿੱਥੇ ਸੰਸਕਾਰ ਕੀਤਾ ਗਿਆ ਸੀ ਔਰ ਇਸ ਤੋਂ ਉੱਪਰ ਇਹ ਦਰਬਾਰ ਸਾਹਿਬ ਹੈ, ਇਸ ਜਗ੍ਹਾ 'ਤੇ ਕਿਸੇ ਵੀ ਪਾਕਿਸਤਾਨ ਸਾਈਡ ਤੋਂ ਆਈ ਹੋਈ ਲੇਡੀਜ਼ ਨੂੰ ਆਉਣ ਦੀ ਅਤੇ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਹੈ। ਸੋ ਸਾਨੂੰ ਤਾਂ ਨਹੀਂ ਪਤਾ ਹੈ, ਜੋ ਵੀ ਪਾਕਿਸਤਾਨੀ ਭਰਾ ਅਗਰ ਕੋਈ ਵੀਡੀਓ ਦੇਖ ਰਿਹਾ ਹੋਏ ਤਾਂ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਕਿ ਇਹ ਲਾਅ ਹੈ ਗੁਰਦੁਆਰੇ ਦਾ ਜਾਂ ਜੋ ਵੀ ਹੈ, ਦੱਸਣਾ ਜ਼ਰੂਰ ਜਿਸ ਨੂੰ ਪਤਾ ਹੋਏ। ਇਹ ਧਿਆਨ ਨਾਲ ਸੁਣਨਾ ਜੀ। ਸੋ ਬਾਬਾ ਜੀ ਦੇ ਸਾਂਝੇ ਦਰਬਾਰ ਤੇ ਸਾਰੇ ਆਓ ਜੀ ਮੱਥਾ ਟੇਕਣ, ਔਰ ਇਸ ਬਾਰੇ ਕਿਸੇ ਨੂੰ ਪਤਾ ਹੋਏ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਕਿ ਪਾਕਿਸਤਾਨ ਤੋਂ ਆਉਣ ਵਾਲੀ ਲੇਡੀਜ਼ ਨੂੰ ਉੱਪਰ ਜਾ ਕੇ ਮੱਥਾ ਟੇਕਣ ਦੀ ਇਜਾਜ਼ਤ ਕਿਉਂ ਨਹੀਂ ਹੈ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।